ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਾਰਿਆਂ ਨੂੰ ਜੀ। ਵੀਰ ਜੀ, ਅੱਜ ਅਸਾਂ ਜਰਮਨ ਦੇ ਵੀਜ਼ੇ ਬਾਰੇ ਗੱਲ ਕਰਾਂਗੇ ਜੀ। ਜਰਮਨ ਦਾ ਵੀਜ਼ਾ ਕਿਸ ਤਰ੍ਹਾਂ ਆਪਾਂ ਹਾਸਲ ਕਰ ਸਕਦੇ ਹਾਂ। ਜਰਮਨ ਦਾ ਵੀਜ਼ਾ ਲੈਣਾ ਬਹੁਤ ਹੀ ਆਸਾਨ ਹੈ ਜੇ ਆਪਣੇ ਡਾਕੂਮੈਂਟ ਪੂਰੇ ਪ੍ਰੋਪਰ, ਆਪਣੇ ਵਧੀਆ ਅਤੇ ਓਰੀਜਨਲ ਹੋਣ, ਫੇਕ ਡਾਕੂਮੈਂਟ ਕੋਈ ਨਾ ਹੋਵੇ। ਜਰਮਨ ਇੱਕ ਐਸੀ ਕੰਟਰੀ ਹੈ ਕਿ ਜੋ ਪੇਪਰ ਦੇ ਕੇ ਵੀਜ਼ਾ ਦਿੰਦੀ ਹੈ, ਇੱਕ ਵੀ ਪੇਪਰ ਫੇਕ ਨਹੀਂ ਹੋਣਾ ਚਾਹੀਦਾ, ਸਾਰੇ ਪੇਪਰ ਓਰੀਜਨਲ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਮੈਂ ਕਿ 6 ਮਹੀਨੇ ਪਾਸਪੋਰਟ ਵੈਲਿਡ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਬੈਂਕ ਸਟੇਟਮੈਂਟ, ਟਰੈਵਲ ਇੰਸ਼ੋਰੈਂਸ, ਹੋਟਲ ਬੁਕਿੰਗ ਅਤੇ ਆਪਣੀ ਟਿਕਟ ਕਨਫਰਮ, ਕਵਰ ਲੈਟਰ, ਕੰਪਨੀ ਦਾ ਜੋਬ ਲੈਟਰ, ਇਹ ਸਾਰੇ ਹੋਣੇ ਜ਼ਰੂਰੀ ਹੈ। ਵੀਰ ਜੀ, ਡਾਕੂਮੈਂਟ ਸਾਰੇ ਹੀ ਜ਼ਰੂਰੀ ਹਨ। ਬੈਂਕ ਸਟੇਟਮੈਂਟ ਵੀ ਜ਼ਰੂਰੀ ਹੈ ਆਪਣੇ ਥਾਂ 'ਤੇ, ਕੰਪਨੀ ਦਾ ਪੇਪਰ ਵੀ ਜ਼ਰੂਰੀ ਹਨ ਆਪਣੇ ਥਾਂ 'ਤੇ। ਜੇ ਤੁਸੀਂ ਜੋਬ ਕਰਦੇ ਹੋ ਜਾਂ ਖੇਤੀਬਾੜੀ ਕਰਦੇ ਹੋ ਤਾਂ ਖੇਤੀਬਾੜੀ ਦੇ ਪੇਪਰ ਲਾਓ, ਵਧੀਆ ਪੇਪਰ ਪ੍ਰੋਪਰ ਤਰੀਕੇ ਨਾਲ ਬਣਾ ਕੇ ਲਾਓ ਫਾਈਲ ਆਪਣੀ, 100% ਵੀਜ਼ਾ ਮਿਲੇਗਾ ਹੀ ਮਿਲੇਗਾ। ਜਰਮਨ ਐਸੀ ਕੰਟਰੀ ਹੈ ਕਿ ਪੇਪਰ ਦੇਖ ਕੇ ਵੀਜ਼ਾ ਦਿੰਦੀ ਹੈ। ਤੁਹਾਨੂੰ ਫਿਰ ਦੱਸਦੇ ਹਾਂ, ਕੋਈ ਡਾਕੂਮੈਂਟ ਫੇਕ ਨਾ ਲਾਇਓ ਆਪਣੇ। ਜੇ ਤੁਸੀਂ ਜੋਬ ਕਰਦੇ ਹੋ ਤਾਂ ਟੈਕਸ ਦੇ ਪੇਪਰ ਲਾਓ, ਤੁਹਾਡੀ ਜਿਹੜੀ ਸੈਲਰੀ ਆ ਉਹ ਅਕਾਊਂਟ ਵਿੱਚ ਹੋਣੀ ਜ਼ਰੂਰੀ ਹੈ, ਜਿਸ ਕਿ ਬੈਂਕ ਸਟੇਟਮੈਂਟ ਤੁਸੀਂ ਲਾਉਣੀ ਹੈ ਆਪਣੀ। ਜੇ ਤੁਹਾਡੀ ਸੈਲਰੀ ਆਉਂਦੀ ਹੈ ਉਸੇ ਹੀ ਬੈਂਕ ਸਟੇਟਮੈਂਟ ਦੀ ਤੁਸੀਂ ਬੈਂਕ ਸਟੇਟਮੈਂਟ ਲਾਉਣੀ ਹੈ, ਜਿਹਦੇ ਵਿੱਚ ਤੁਹਾਡੀ ਸੈਲਰੀ ਸ਼ੋਅ ਹੋਣੀ ਚਾਹੀਦੀ ਹੈ ਕਿ ਹਾਂ ਤੁਹਾਡੀ ਮੰਥਲੀ ਸੈਲਰੀ ਕਿੰਨੀ ਹੈ, ਇਨਕਮ ਤੁਹਾਡੀ ਕਿੰਨੀ ਹੈ। ਜੇ ਤੁਸੀਂ ਇੰਡੀਆ ਵਿੱਚ ਰਹਿੰਦੇ ਹੋ ਤਾਂ 2 ਸਾਲ ਦੀ ਜਾਂ 3 ਸਾਲ ਦੀ ਤੁਸੀਂ ਆਪਣੀ ਟੈਕਸ ਦੇ ਪੇਪਰ ਲਾਓ, 6 ਮਹੀਨੇ ਦੀ ਬੈਂਕ ਸਟੇਟਮੈਂਟ ਲਗਾਓ। ਜੇ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਜੋਬ ਕਰਦੇ ਹੋ ਜਾਂ ਸਰਕਾਰੀ ਕਰਦੇ ਹੋ, ਕੋਈ ਵੀ ਜੋਬ ਕਰਦੇ ਹੋ, ਤਾਂ ਤੁਸੀਂ ਆਪਣੀ ਕੰਪਨੀ ਕੋਲ ਜੋਬ ਲੈਟਰ ਲੈ ਕੇ ਲਾਓ, ਤੁਸੀਂ ਕਿੰਨੇ ਚਿਰ ਵਾਸਤੇ ਜਾ ਰਹੇ ਹੋ, ਜਾਂ 10 ਦਿਨ ਵਾਸਤੇ ਜਾਂ 15 ਦਿਨ ਵਾਸਤੇ ਤੁਸੀਂ ਜਰਮਨ ਘੁੰਮਣ ਜਾ ਰਹੇ ਹੋ, ਉਹ ਪ੍ਰੋਪਰ ਤੁਸੀਂ ਆਪਣੀ ਲਗਾਉਣੀ ਆ, ਜਿਸ ਨੂੰ ਲੀਵ ਲੈਟਰ ਵੀ ਕਹਿ ਦਿੰਦੇ ਹਨ। ਅਤੇ ਆਪਣੀ ਤੁਸੀਂ ਬਹੁਤ ਤੋਂ ਬਾਅਦ ਟਰੈਵਲ ਇੰਸ਼ੋਰੈਂਸ ਕਰਵਾਉਣੀ ਹੈ ਤੁਸੀਂ 50,000 ਯੂਰੋ ਦੀ। ਉਸ ਤੋਂ ਇਲਾਵਾ ਤੁਸੀਂ ਕਰਵਾਉਣੀ ਹੈ ਟਿਕਟ ਕਨਫਰਮ ਕਰਵਾਉਣੀ ਹੈ, ਤੁਸੀਂ ਪੈਸੇ ਨਹੀਂ ਦੇਣੇ। ਹੋਟਲ ਬੁਕਿੰਗ ਕਰਵਾਉਣੀ ਹੈ ਤੁਸੀਂ, ਉਹ ਵੀ ਤੁਸੀਂ ਕਨਫਰਮ ਕਰਵਾਉਣੀ ਹੈ। ਇੱਕ ਐਟਨਰੀ, ਇਸ ਨੂੰ ਐਟਨਰੀ ਵੀ ਕਹਿ ਦਿੰਦੇ ਹਨ, ਐਟਨਰੀ ਇੱਕ ਹੋਰ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਕੰਟਰੀ ਵਿੱਚ ਜਾਣਾ ਹੈ ਤਾਂ ਉੱਥੋਂ ਦੀ ਟਰੈਵਲ ਏਜੰਸੀ ਨਾਲ ਗੱਲ ਕਰਕੇ ਤੁਸੀਂ ਐਟਨਰੀ ਮੰਗਵਾ ਸਕਦੇ ਹੋ। ਉਹ ਡੇ ਬਾਏ ਡੇ ਤੁਹਾਨੂੰ ਪ੍ਰੋਪਰ ਉਹ 'ਚ ਲਿਖਿਆ ਹੁੰਦਾ ਕਿ ਤੁਸੀਂ ਆਪਣਾ ਇਸ ਦਿਨ ਕਿੱਥੇ ਜਾਓਗੇ ਘੁੰਮਣ, ਦੂਸਰੇ ਦਿਨ ਕਿੱਥੇ ਜਾਓ ਘੁੰਮਣ, ਤੁਸੀਂ ਲੰਚ ਕਿੱਥੇ ਕਰੋਗੇ, ਡਿਨਰ ਕਿੱਥੇ ਕਰੋਗੇ, ਪੂਰਾ ਪ੍ਰੋਪਰ ਐਟਨਰੀ 5-6 ਪੇਜ ਦੀ ਹੁੰਦੀ ਹੈ, ਉਹ ਡੇ ਬਾਏ ਡੇ ਹੁੰਦੀ ਹੈ, ਉਹ ਤੁਸੀਂ ਮੰਗਵਾ ਸਕਦੇ ਹੋ, ਵਧੀਆ ਤਰੀਕੇ ਨਾਲ ਬਣਾ ਕੇ ਲਗਾ ਸਕਦੇ ਹੋ, ਉਹਦਾ ਬਹੁਤ ਹੀ ਬੈਨੀਫਿਟ ਹੈ। ਅਤੇ ਹੋਰ ਵੀ ਤੁਸੀਂ ਜਿਹੜੇ ਡਾਕੂਮੈਂਟ ਨੇ ਉਹ ਓਰੀਜਨਲ ਲਗਾਉਣੇ ਨੇ। ਤੁਸੀਂ ਦੂਸਰੀਆਂ ਕੰਟਰੀਆਂ ਵਿੱਚ ਲਗਾਉਣ ਤੋਂ ਬਜਾਏ ਜਰਮਨ ਦੀ ਪੈਸੀ ਵਿੱਚ ਲਗਾਓ। ਜਰਮਨ ਪੇਪਰ ਦੇ ਕੇ ਵੀਜ਼ਾ ਦਿੰਦੀ ਹੈ ਜੀ, ਦਏਗੀ, ਜ਼ਰੂਰ ਦੇਗੀ, 100% ਦੇਗੀ, ਪਰ ਪੇਪਰ ਤੁਸੀਂ ਫੇਕ ਕੋਈ ਨਹੀਂ ਲਗਾਉਣਾ। ਫੇਕ ਪੇਪਰ ਇੱਕ ਵੀ ਲੱਗ ਗਿਆ ਤਾਂ ਤੁਹਾਡਾ 100% ਰਿਫਿਊਜ ਲੱਗੇਗਾ ਜੀ। ਇਸ ਲਈ ਡਾਕੂਮੈਂਟ ਪੂਰੇ ਓਰੀਜਨਲ ਲਗਾਉਣੇ ਹਨ। ਹੋਰ ਵੀਰ ਜੀ, ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ। ਬਾਕੀ ਇੰਟਰਵਿਊ ਦੇ ਆਉਣ ਦੇ ਚਾਂਸ ਹੁੰਦੇ ਨੇ ਜਰਮਨ ਦੀ ਬੈਸਟ ਵਿੱਚ, ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ ਵੀ ਕਿਹੜੇ ਕਿਹੜੇ ਸਵਾਲ ਪੁੱਛੇ ਜਾਂਦੇ ਹਨ ਇੰਟਰਵਿਊ ਦੇ। ਅਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ। ਮੇਰੀ ਵੀਡੀਓ ਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ, ਅਤੇ ਵੱਧ ਤੋਂ ਵੱਧ ਪਿਆਰ ਕਰਿਓ ਜੀ। ਅਤੇ ਤੁਹਾਨੂੰ ਮੈਂ ਹੋਰ ਇਨਫੋਰਮੇਸ਼ਨ ਦਿੰਦਾ ਰਹਾਂਗਾ ਨਵੀਂ ਤੋਂ ਨਵੀਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।